ਹਾਂਜੀ ਦੋਸਤੋ, ਮੈਂ ਆਇਆ ਅੱਜ ਵਿਊ ਲੈਣ ਦੇ ਮਾਰਾ, ਅਤੇ ਇੱਕ ਮੈਂ ਨਾ ਫੁਕਰਾ ਜੱਟ ਫੜਿਆ ਅਤੇ ਇਹਦੀ ਧੌਣ 'ਚ ਕਿੱਲਾ ਜੱਟ ਪੁਣੇ ਦਾ, ਠੀਕ ਹੈ? ਅਤੇ ਤੁਸੀਂ ਇਹਨੂੰ ਕਮੈਂਟਾਂ ਦੇ ਵਿੱਚ ਸੇਵਾ ਪਾਣੀ ਕਰਨਾ, ਬੰਦੇ ਨੇ ਕੰਮ ਹੀ ਇਹੋ ਜਿਹਾ ਕੀਤਾ, ਇਹਨੂੰ ਫਿੱਟ ਲਾਣਤਾਂ ਪਾਉਣੀਆਂ, ਇਹਨੂੰ ਬੁਰਾ ਚੰਗਾ ਬੋਲਣਾ, ਠੀਕ ਹੈ? ਕਿਉਂਕਿ ਇਹਨੇ ਜੱਟ ਭਾਈਚਾਰੇ ਦਾ ਜਿਹੜੀ ਧੌਣ ਹੈ ਨੀਵੀਂ ਕੀਤੀ ਹੈ, ਅਤੇ ਇਹ ਇਕੱਲਾ ਸਾਰੇ ਜੱਟਾਂ 'ਚੋਂ ਬਾਹਰ ਨਿਕਲ ਕੇ ਸਾਰੇ ਪਿੰਡ 'ਚੋਂ ਇਕੱਲਾ ਹੀ ਇਹ ਬੰਦਾ ਹੈਗਾ, ਇਕੱਲਾ ਇਨਸਾਨ ਆ ਜਿਹੜੇ ਨੇ ਇਹਨੇ ਪੁੱਠਾ ਕੰਮ ਕੀਤਾ, ਠੀਕ ਹੈ? ਅਤੇ ਪਿੰਡ ਆਪਾਂ ਖੜ੍ਹੇ ਹਾਂ ਸਾਹਿਬ ਚੰਦ ਗਿੱਦੜਵਾ, ਜਿੱਥੇ ਆਈ ਜੀ ਇਹਨੇ ਜਿਹੜਾ ਕੰਮ ਕਰਿਆ, ਠੀਕ ਹੈ, ਉਹ ਕੋਈ ਵੀ ਨਹੀਂ ਜੱਟ ਆਪਣੇ ਦਾਦੇ ਪੜਦਾਦਿਆਂ ਨੇ ਨਹੀਂ ਕੀਤਾ, ਪਰ ਇਹਨੇ ਫੁਕਰੇ ਨੇ ਪਤਾ ਨਹੀਂ ਕੋਈ ਵੀਡੀਓ ਦੇਖੀ ਹੋਣੀ ਕਿਤੋਂ, ਜਾਂ ਕੋਈ ਇਹਨੇ ਸਰਪੰਚ ਉੱਠਣਾ ਹੋਣਾ, ਕੁਛ ਨਾ ਕੁਛ ਕੀਤਾ ਇਹਨੇ। ਅਤੇ ਆਹ ਮੈਂ ਸੜਕ 'ਤੇ ਖੜ੍ਹਾ, ਠੀਕ ਹੈ, ਸੜਕ ਇਕੱਲੀ ਸੜਕ ਸੀ ਪਤਲੀ ਜੀ, ਅਤੇ ਇਹਨੇ 3-3 ਫੁੱਟ 4-4 ਫੁੱਟ ਮਿੱਟੀ ਲਾ ਕੇ ਸੱਤਿਆਨਾਸ਼ ਕਰਤਾ, ਝੋਨਾ ਵੀ ਆਹ ਵਿਖਾ ਦਿੰਦਾ ਮੈਂ, ਦੱਬਤਾ ਇਹਨੇ, ਆਹ ਦੇਖੋ, ਆਹ ਦੇਖੋ, ਆਹ ਇਹਨੇ ਸਾਰੀ ਨਵੀਂ ਮਿੱਟੀ 3-4 ਫੁੱਟ ਇੱਧਰ ਅਤੇ 3-4 ਫੁੱਟ ਹੀ ਉੱਧਰ ਪਾਈ ਆ, ਠੀਕ ਹੈ? ਅਤੇ ਇੱਧਰ ਮੈਂ ਵਿਖਾ ਦਿੰਦਾ ਤੁਹਾਨੂੰ ਜ਼ੂਮ ਕਰਕੇ, ਉਦੋਂ ਗਾਂਹ ਜਿਹੜੀ ਆਪਣੇ ਜਿਹੜੇ ਸਹੀ ਆਪਣੇ ਜ਼ਿਮੀਂਦਾਰ ਭਰਾ ਹੈਗੇ ਸਾਰੇ ਉਹ ਆ, ਅਤੇ ਇਕੱਲਾ ਇਹੀ ਜਡਵੈੜ ਪੁੱਠਾ ਭੱਜੀ ਨਾ ਆਪਦੀ ਗੱਲ ਤੋਂ। ਅਤੇ ਆਹ ਕੀ ਪੁੱਠਾ ਕੰਮ ਕੀਤਾ ਤੂੰ, ਮਿੱਟੀ ਲਾਈ ਹੈ, ਕਿਹਨੂੰ ਪੁੱਛ ਕੇ ਲਾਈ ਹੈ? ਕੋਈ ਸਰਕਾਰ ਨੇ ਤੈਨੂੰ ਮਿਹਨਤੀ ਦਾ ਆਖਿਆ ਸੀ ਜਾਂ ਤੈਨੂੰ ਕੋਈ ਪਿੰਡ ਦੀ ਪੰਚਾਇਤ ਆ ਕੇ ਗਈ ਸੀ? ਨਾ ਭਰਾਵਾ, ਕਿਸੇ ਨੇ ਨਹੀਂ ਆਖਿਆ ਸੀ, ਆਪਾਂ ਆਪ ਲਈ ਹੈ, ਸਾਰੇ ਪਰਿਵਾਰ ਨੇ ਸਹਿਮਤੀ ਕਰਕੇ ਫੈਸਲਾ ਕੀਤਾ ਵੀ ਆਪਾਂ ਇਹ ਮਿੱਟੀ ਲਾਉਣੀ ਲਾਉਣੀ ਹੈ, ਭਾਵੇਂ ਦੀ ਫਸਲ ਸਾਡੀ ਹੋਰ ਘੱਟ ਜੇ 2-4 ਮਣ। ਹੁਣ ਕਿੰਨੇ ਕਿੰਨੇ ਥਾਂ ਮਿੱਟੀ ਲਾਈ ਜਾਂਦੀ ਦੋਵੇਂ ਪਾਸੇ? ਆਪਾਂ ਬਾਈ ਜੀ 27 ਫੁੱਟ ਰਾਹ ਚੌੜਾ ਕਰਤਾ ਫੁੱਲ ਆ ਕੇ ਮਿਲ ਲਓ, ਆਹ ਥਮਲੇ ਦਿਖਾ ਦੇ, ਇੱਧਰ ਵੀ ਥਮਲੇ ਦੇ ਬਰਾਬਰ ਕਰਤੀ ਅਤੇ ਇੱਧਰ ਵੀ ਥਮਲੇ ਦੇ ਬਰਾਬਰ ਕਰਤੀ, ਜਿਹੜਾ ਸਰਕਾਰੀ ਗੱਡੇ ਸੀਗੇ। ਤੂੰ ਬਾਈ ਸਰਪੰਚ ਸਰਪੂੰਚ ਉੱਠਣਾ ਕੇ ਨੰਬਰ ਬਣਾਓ ਪਹਿਲਾਂ ਨਾ ਤੁਸੀਂ ਕਰਿਆ, ਤੇਰੇ ਦਾਦੇ ਪੜਦਾਦਿਆਂ ਨੇ ਵੱਢਿਆ ਸੀ ਰਾਹ, ਇਹ ਸਾਰੇ ਜ਼ਿਮੀਂਦਾਰ ਵੱਢਦੇ, ਆਪਣੀ ਆਦਤ ਹੁੰਦੀ, ਉਹਨਾਂ ਨੇ ਮਸਾਂ ਵਾਣ ਵਧਾਇਆ ਸੀ ਚਾਰ ਕਰਮਾਂ, ਤੇ ਤੂੰ ਆਪਦੇ ਦਾਦੇ ਪੜਦਾਦਿਆਂ ਦੇ ਵੀ ਨਾਂ ਖਰਾਬ ਕਰੀ ਜਾਂਦਾ। ਨਹੀਂ ਬਾਈ, ਮੇਰਾ ਦਾਦਾ ਜੀ ਪਹਿਲਾਂ ਸਰਪੰਚ ਰਹਿ ਚੁੱਕਿਆ, 2003 ਦੇ ਵਿੱਚ ਬਣਿਆ ਸੀ, ਸਰਦਾਰ ਗੁਰਚਰਨ ਸਿੰਘ ਜੀ ਸਾਬਕਾ ਸਰਪੰਚ ਭੁੱਲਰ ਸਾਹਿਬ, ਤੇ ਉਹਨਾਂ ਨੇ ਵੀ ਸਾਨੂੰ ਸਿਖਾਇਆ ਸੀ ਵੀ ਸਰਕਾਰੀ ਜਗ੍ਹਾ ਤਾਂ ਆਪਾਂ ਬਿਲਕੁਲ ਨਹੀਂ ਨੱਪਣੀ, ਮੰਨ ਲਓ ਮੀਆਂ ਕਣੀਆਂ ਦੇ ਨਾਲ ਖੁਰ ਜਾਂਦੀ ਹੈ ਬਾਈ ਜੀ, ਇਕੱਲੇ ਸਾਰੇ ਜ਼ਿਮੀਂਦਾਰ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਗੇ, ਕਈ ਜਾਣ ਕੇ ਹੀ ਵੱਢ ਲੈਂਦੇ ਨਾ। ਹੁਣ ਯਾਰ ਗਾਂ ਜਿਹੜੇ ਜ਼ਿਮੀਂਦਾਰ ਆ ਉਹ ਬੇਈਮਾਨ ਤੇ ਤੂੰ ਇਮਾਨਦਾਰ? ਨਹੀਂ ਬਾਈ, ਇਮਾਨਦਾਰ ਸਾਡੇ ਪਿੰਡ ਵੀ, ਅਸੀਂ ਵੀ ਰਾਹ ਵੱਢੇ ਆ, ਠੀਕ ਹੈ, ਰਾਹ ਵੱਢਣ ਵਾਸਤੇ ਹੁੰਦਾ, ਵੱਟ ਵੱਢਣ ਵਾਸਤੇ ਹੁੰਦੀ ਹੈ, ਤੇ ਤੂੰ ਇਕੱਲਾ ਇਮਾਨਦਾਰ ਆ ਗਿਆ ਪਿੰਡ ਚੋਂ? ਨਹੀਂ ਬਾਈ, ਵੱਢੀ ਤਾਂ ਜਾਂਦੀ ਹੈ, ਮੰਨ ਲਾ ਖੁਰ ਜਾਂਦੀ ਹੈ, ਇਸ ਤਾਂ ਇਕੱਲੇ ਨਹੀਂ, ਮੰਨ ਲਓ ਅਸੀਂ ਤਾਂ ਆਪਦੇ ਹਿਸਾਬ ਨਾਲ ਕੀਤੀ ਹੈ, ਲੋਕ ਪਾਉਂਦੇ ਕਿੰਨੇ ਮਰਜ਼ੀ ਵੱਢ ਲੈਣ, ਸੜਕ ਵੀ ਨਾ ਛੱਡਣ ਪਾਵਾਂ, ਕੋਈ ਚੱਕਰ ਨਹੀਂ ਸਾਨੂੰ, ਅਸੀਂ ਆਪਦਾ ਮਨ ਵੇਖ ਕੇ ਆਪਦਾ ਮਨ। ਇਹਦਾ ਫਾਇਦਾ ਕੀ ਆ, ਇੱਥੋਂ ਦੀ ਵੈਣਾ ਨਿਕਲਣੀਆਂ ਸਕੂਲਾਂ ਵਾਲੀਆਂ, ਮੈਂ ਇਹਨੇ ਡਿੱਗਣੇ ਜਵਾਕ ਮਾਰਨੇ ਸੀ ਪਿੰਡ ਦੇ, ਤੇ ਤੂੰ ਕਿਉਂ ਨਹੀਂ ਕਿਸੇ ਦਾ ਦੀਵਾ ਬੁਝਣ ਦਿੰਦਾ ਤੂੰ, ਤੈਨੂੰ ਇਕੱਲੇ ਨਹੀਂ ਉਹ ਆ? ਨਾ ਬਾਈ, ਆਪਣੇ ਇੱਥੇ ਖੁੱਭ ਗਈ ਸੀ ਵੈਣ ਕੇ, ਸਾਨੂੰ ਬਹੁਤ ਤਰਸ ਆਇਆ, ਲੋਕ ਲੰਘਦੇ ਆ, ਗੱਲ ਸੁਣ, ਲੋਕ ਲੰਘਦੇ ਆ, ਜਾਮ ਲੱਗਦਾ ਸੀ, ਕਿਹਦਾ ਟਾਇਰ ਥੱਲੇ ਲੈਂਦਾ ਸੀ, ਟਾਈਮ ਖਰਾਬ ਹੁੰਦਾ ਸੀ, ਕੰਮ ਛੱਡਦੇ ਸੀ, ਤੂੰ ਹੁਣ ਆ ਸਾਈਡ ਬਣਾਤੀ, ਇੱਥੇ ਤੇਰੇ ਸਾਰੇ ਸਾਈਡ ਲੈਣਗੇ, ਇੱਥੇ ਕੁਛ ਨਹੀਂ ਹੁੰਦਾ, ਲਈ ਜਾਣ ਦੇ, ਕੁਛ ਨਹੀਂ ਹੁੰਦਾ, ਸਾਰਾ ਥਾਂ ਤੂੰ ਮੈਨੂੰ ਪਤਾ, 1-2 ਕਨਾਲਾਂ ਤਾਂ ਤੂੰ ਜੱਬਤੀਆਂ ਹੋਣੀਆਂ, ਕੁਛ ਨਹੀਂ ਹੁੰਦਾ, ਮਾੜਾ ਮੋਟਾ ਝੋਨਾ ਲੱਗਿਆ ਸੀ, ਤੂੰ ਨਾ ਜੱਟਾਂ ਦਾ ਕਰਿਆ ਸਿਰ ਨਹੀਂ ਵਾ, ਕੋਈ ਵੀ ਜੱਟ ਮਿੱਟੀ ਲਾਉਂਦਾ ਨਹੀਂ ਰਾਹ ਦੇ ਨਾਲ, ਠੀਕ ਹੈ, ਤੇਰੇ ਤੇ ਕਰਾਵਾਂਗੇ ਪਰਚਾ ਅਸੀਂ, ਆ ਜਿਹੜੇ ਤੇਰੇ ਮਗਰਲੇ ਜਿੰਨੇ ਆ ਧੁਰ ਧਰਾਂ ਵੀ ਆ, ਚੋਟੀਆਂ ਨੂੰ ਜਾਂਦਾ ਇਹ, ਚੋਟੀਆਂ ਤੱਕ ਜਿੰਨੇ ਜ਼ਿਮੀਂਦਾਰ ਲੱਗਦੇ ਸਾਰੇ ਰਲ ਕੇ ਤੇਰੇ ਤੇ ਪਰਚਾ ਕਰਾਵਾਂਗੇ ਅਸੀਂ। ਕਰਾਓ ਕਰਾਓ ਬਈ, ਮੈਂ ਤਾਂ ਆਪਣਾ ਮੈਂ ਫੇਮਸ ਹਾਂ, ਮਾੜਾ ਮੋਟਾ ਲੋਕ ਪਰਚਾ, ਫੇਮਸ ਨਹੀਂ ਇਹ, ਤੂੰ ਕਰਾ ਹੀ ਕੰਮ ਯਾਰ, ਕੀ ਸਾਰਾ ਝੋਨਾ ਦਾ ਫਾ, ਇੱਥੇ ਵੀ ਝੋਨਾ ਸੀਗਾ? ਨਹੀਂ ਤੇ ਸੀਗਾ ਝੋਨਾ, ਇੱਕ ਬੂਟਾ ਵੱਢਿਆ ਸੀ ਨਾਲੋਂ, ਤੇ ਹੋਰ ਸਰਕਾਰੀ ਜਗ੍ਹਾ ਸੀ ਬਈ, ਆ ਸਰਕਾਰੀ ਜਗ੍ਹਾ ਨੱਪ ਕੇ ਕੀ ਮਿਲ ਜੂ ਆਪਾਂ ਨੂੰ, ਜਿਹੜੇ ਸਰਕਾਰੀ ਜਗ੍ਹਾ ਨੱਪਦੇ ਆ ਉਹਨਾਂ ਦੇ ਘਰ ਉਜੜਦੇ ਦੇਖੇ ਭੁੱਖ ਹੀ ਮਰਦੇ, ਬਹੁਤ ਵਾਰੀ ਵੇਖਿਆ ਸੀ ਉਹਦਾ, ਯਾਰ ਨਾ ਹੋਵੇ ਤੇ ਹੁਣ ਜਿਹੜੇ ਬੰਦੇ ਨੇ ਆਹ ਰਾਹ ਦੇਖ ਲਿਆ ਤੇ ਗਾਂ ਜਿਹੜਾ ਉੱਥੇ ਵੇਖ ਲਿਆ, ਮੈਂ ਦਿਖਾ ਦੂੰ ਵੀਡੀਓ 'ਚ, ਸ਼ਾਰਟ ਲਾ ਦੂੰਗਾ, ਮੈਂ ਹੀ ਟੱਪਣਾ ਬਈ। ਯਾਰ ਮੇਰੀ ਗੱਲ ਸੁਣ, ਤੂੰ ਹੀ ਪਿੰਡਾਂ ਵੇਲੇ ਟੱਪਦਾਂਗਾ, ਟੋਏ ਆਉਂਦੇ ਰਾਹਾਂ ਦੇ ਨਾਲ, ਗਾਲਾਂ ਨਹੀਂ ਕੱਢਦੇ ਤੁਸੀਂ? ਕੱਢਦੇ ਕਿ ਨਹੀਂ ਵੀ ਜਿਹੜੇ ਤੇ ਵੱਡੀ ਬੈਠੀ ਤੇ, ਅਸੀਂ ਵੀ ਕੱਢਦੇ ਹੁੰਦੇ ਸੀ ਕਿਤੇ, ਸਾਨੂੰ ਵੀ ਕਿਸੇ ਨਾ ਕਿਸੇ ਨੇ ਤਾਂ ਕੱਢਣੀ ਹੋਣਗੀਆਂ, ਵੇਖ ਕੇ ਕਿਤੇ ਮੂਛਾ ਨਹੀਂ ਮਾਰਾ ਹੋਣਾ। ਸੜਕ ਤੇਰੀ ਨਿੱਕੀ ਰਹਿ ਗਈ ਤੇ ਪਾਸੇ ਤੂੰ ਤਾਂ 3 ਸੜਕਾਂ ਬਣਾਤੀਆਂ ਇਹਦੀਆਂ, ਲੈ ਏਅਰਪੋਰਟ ਵਾਲਾ ਰਾਹ ਬਣਾਤਾ ਬਈ, ਏਅਰਪੋਰਟ ਨਹੀਂ, ਕੋਈ ਸਰਪੰਚ ਹੀ ਉੱਠਣਾ, ਕੋਈ ਪੁਆਇੰਟ ਬਣਾਉਣਾ, ਇਹ ਸਰਪੰਚੀ ਸਰਪੰਚੀ ਦਾ ਅਜੇ ਵੇਖਾਂਗੇ ਕੀ ਬਣਦਾ ਹੈਗਾ, ਕੇਰਾਂ ਦਾ ਬਈ ਸਾਡੇ ਦਾ ਸੀਗੇ ਸਾਲ ਦਾ ਸੀ, ਤੂੰ ਸਰਪੰਚ ਉੱਠ ਖੜੀ, ਤੂੰ ਆਹ ਕੰਮ ਕਰਿਆ, ਤੈਨੂੰ
ਪਿੰਡ ਨੇ ਇੱਕ ਵੋਟ ਨਹੀਂ ਪਾਉਣੀ, ਸਾਰੇ ਪਿੰਡ ਨੇ ਸਾਹਿਬ ਜਾਨ ਭਰਾਵਾ ਨਹੀਂ ਪਾਉਂਦਾ, ਨਹੀਂ ਪਾਉਂਦਾ, ਪੀਪੀ ਤੇਰੀ ਖੜਕੀ ਤੇਰੇ ਲੱਤਾਂ ਨਾ ਵੱਜੂ ਤੇਰੇ। ਹਾਂ ਸਹੀ ਗੱਲ ਹੈ, ਤਾਂ ਤੇਰੀ ਸਹੀ ਹੈ ਜਮਾ, ਪਰ ਬਈ ਆਪਾਂ ਤਾਂ ਆਪਦੇ ਮਨ ਦੇ ਨਾਲ ਕੰਮ ਕੀਤਾ, ਸਾਡਾ ਦਿਲ ਸੀਗਾ ਸਾਰੇ ਪਰਿਵਾਰ। ਇਹ ਕੋਈ ਸੋਸ਼ਲ ਮੀਡੀਆ ਤੇ ਭਾਵਕ ਹੋ ਕੇ ਤੂੰ ਵੀਡੀਓ ਜਾਂ ਕੋਈ ਫੇਮਸ ਹੋਣ ਵਾਸਤੇ ਚੱਲ ਮੈਂ ਤਾਂ ਵਿਊ ਲੈਣਾ ਆਇਆ। ਨਹੀਂ ਨਹੀਂ ਭਰਾਵਾ, ਇਹ ਚੀਜ਼ਾਂ ਨਾਲ ਵਿਊ ਆਉਣ ਲੱਗ ਗਏ ਫਿਰ ਮੈਂ ਤਾਂ ਸਾਰੇ ਪਾਉਣ ਲੱਗ ਜਾਣਾ, ਸਾਰੇ ਕੰਮ ਕਰਨ ਕਹੇ ਵਿਊ ਵਾਸਤੇ, ਮਤਲਬ ਫੇਮਸ ਹੋਣਾ ਜਿਹਨੇ ਆਹ ਕੰਮ ਕਰਕੇ ਵੀਡੀਓ ਪਾਉਣੀ। ਪਤੰਦਰਾ ਝੋਨਾ ਵੱਢ ਕੇ ਫੇਰ ਲਾ ਦਿੰਦਾ ਮਿੱਟੀ, ਹੁਣ ਤੇਰੇ ਕੀ ਕਲਾੜੀ ਚ ਮਾਹੀ ਸੀ? ਉਹ ਬਸ ਬਾਈ ਰੇਲੇ ਸੀ, ਰੇਲੇ ਸੀ, ਰੇਲੇ ਸੀ, ਅਸੀਂ ਮਤਲਬ ਕਾਕੋ ਕੱਢ ਕੇ ਹਟੇ ਸੀ ਝੋਨੇ ਚੋਂ। ਤੇ ਖਰਚਾ ਕਿੰਨਾ ਕਰਤਾ ਇਹ ਤੇ ਪਾੜਵਾਈ ਚ? 12-13 ਹਜ਼ਾਰ ਖਰਚ ਕਰਤਾ। 12-13 ਹਜ਼ਾਰ ਉਹ ਹੀ ਗਰੀਬ ਨੂੰ ਦੇ ਦਿੰਦਾ ਕੋਈ? ਕੱਢਦੇ ਲੋਕ ਪਹਿਲਾਂ ਐਂ ਵੇਖ ਤੂੰ ਕਿਸੇ ਦੇ ਨੁਕਸਾਨ ਹੋ ਗਿਆ ਜਾਨ ਜਾਵੜੀ ਕਿਸੇ ਦੀ, ਤੇ ਫਿਰ ਕੀ ਹੋ ਯਾਰ, ਨੁਕਸਾਨ ਹੋਣ ਵਾਸਤੇ ਹੀ ਬਣਿਆ? ਨਹੀਂ ਯਾਰ ਕੁਛ ਨਹੀਂ ਹੁੰਦਾ ਹੈਗਾ, ਹੋ ਹੀ ਜਾਂਦੇ ਹੁੰਦੇ ਨੁਕਸਾਨ, ਉਹ ਡਾਕਟਰ ਨੂੰ ਤਾਂ ਦਿੰਨੇ ਜਦੋਂ ਆਪਾਂ ਜਾਂਦੇ ਹਾਂ ਤਾਂ ਲੱਖ ਮੰਗ ਲੈਂਦੇ ਆ। ਘਰਦਿਆਂ ਨੇ ਰਾਏ ਦਿੱਤੀ ਕਿ ਇਕੱਲੇ ਤੂੰ ਪ੍ਰਧਾਨ ਬਣ ਗਿਆ? ਨਾ ਨਾ ਭਰਾਵਾ, ਘਰਦਿਆਂ ਦੇ ਸਾਰਿਆਂ ਨੇ ਸਹਿਮਤੀ ਕੀਤੀ ਆ, ਵੱਡੇ ਤੇ ਛੋਟੇ ਸਾਰੇ ਭਰਾਵਾਂ ਨੇ, ਚਾਚੇ ਤਾਏ ਨੇ ਸਾਰਿਆਂ ਨੇ ਸਕੀਮ ਬਣਾ ਕੇ ਕੀਤਾ ਬਈ ਕੰਮ, ਕੋਈ ਆਪਾਂ ਇਹਦਾ ਤੂੰ ਕਲੰਕਾਂ ਬਈ ਜੱਟਾਂ ਤੇ, ਤੇ ਹੋਰ ਰੱਖਣਗੇ ਤਾਂ ਸਹੀ ਕਈ ਤੂੰ ਕੱਲਾ ਜੇ ਤਾਂ ਸਾਰੇ ਹੋਣ ਯਾਰ। ਹੁਣ ਵੇਖ ਕੇ ਹੁਣ ਇੱਥੋਂ ਮੈਂ ਆਊਂਗਾ ਵੇ, ਇੱਥੇ ਕਾਰ ਵੀ ਠੱਲਣੀ ਸੌਖੀ, ਸਾਰਾ ਕੁਝ ਠੱਲਣਾ, ਹੁਣ ਵੈਨ ਵੀ ਨਹੀਂ ਡਿੱਗਣੀ ਕਿਤੇ, ਜਵਾਕ ਵੀ ਨਹੀਂ ਮਰਨੇ, ਕੰਮ ਤਾਂ ਤੂੰ ਕੱਲਾ ਪੁੱਠਾ ਹੀ ਕੀਤਾ, ਮੇਰੇ ਤਾਂ ਦਿਮਾਗ ਚ ਆਉਂਦੀ ਨੀ ਬਾਈ ਯਾਰ। ਤੈਨੂੰ ਆਹ ਕਮੈਂਟਾਂ ਚ ਵੇਖੀ, ਹੁਣ ਗਾਲਾਂ ਦੀ ਝੜੀ ਵੇਖੀ, ਬੰਦੇ ਨੇ ਐਂ ਵੀ ਆਖਿਆ ਸੀਗਾ ਯਾਰ ਤੂੰ ਹਾ ਵੰਜ ਖੜਾ ਕਰਤਾ, ਹੁਣ ਸਾਨੂੰ ਵੀ ਲਾਉਣੀ ਪਊਗੀ ਹੁਣ ਤਾਂ। ਉਹ ਸਹੀ ਗੱਲ ਹੈ, ਤੂੰ ਭਾਈਚਾਰੇ ਜੱਟ ਭਾਈਚਾਰੇ ਨਾਲ ਨਹੀਂ ਚੱਲਿਆ, ਮੈਂ ਕਿਹਾ ਵੇਖੀ ਜਾਊਗੀ ਭਰਾਓ, ਹੁਣ ਲਾਉਣੀ ਤਾਂ ਪਊਗੀ। ਕੱਲ ਨੂੰ ਤਾਂ ਬੂਟੇ ਵੀ ਲਾਵਾਂਗੇ, ਮੈਨੂੰ ਪਤਾ ਇੱਥੇ ਜਿਹੜੇ ਲੋਕ ਜਾਵਣਾ ਜਾਵਣਾ ਬਾਈ ਜੀ, ਆਪਦੇ ਵਾਹਨ ਚ ਲਾਵਾਂਗੇ, ਸਰਕਾਰੀ ਜਗ੍ਹਾ ਤੇ ਨਹੀਂ ਲਾਉਂਦੇ, ਖੁੱਲਾ ਛੱਡਾਂਗੇ ਤਾਂ ਸਰਕਾਰੀ ਤੇ ਆਪਾਂ ਜੀ। ਹੋਰ ਫੁੱਟ ਰੋਕੇਗਾ? ਹੋਰ ਆਪਦਾ ਫੁੱਟ ਰੋਕਾਂਗੇ, ਕੁਛ ਨਹੀਂ ਹੁੰਦਾ ਰੋਕ ਜਾਣ ਦੇ, ਕੀ ਹੁੰਦਾ ਰੱਬ ਨੇ ਦਿੱਤਾ ਸਾਰਾ ਕੁਛ ਆਪਾਂ ਨੂੰ, ਮੁੜ ਕੇ ਇੱਥੋਂ ਕੋਈ ਗਰੀਬ ਜਵਾਕ ਇੱਥੇ ਤੋੜਨ ਆਉਣਗੇ ਫਿਰ ਤੂੰ ਡੰਡਾ ਮਾਰ। ਨਾ 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 ਕੁਛ ਨਹੀਂ ਆਦੇ ਬਾਈ ਜਮਾ ਯਾਰ, ਰੱਬ ਦਾ ਦਿੱਤਾ ਸਾਰਾ ਕੁਛ ਆਪਣਾ ਹੁੰਦਾ। ਕਿੰਨਾ ਵਾਹਨ ਆ ਤੇਰੇ ਕੋਲੇ? ਆਪਣੇ ਇੱਥੇ ਵੀ 10 ਕਿੱਲੇ ਲੱਗਦੇ ਚੋਟਿੰਗ ਵਾਲੇ ਰਾਹ ਤੇ, ਬਾਕੀ ਆਪਣੇ ਕੋਲੇ 35-36 ਕਿੱਲੇ ਭਰਾ, ਸਾਂਝਾ ਪਰਿਵਾਰ ਆ ਸਾਡਾ, 15-16 ਜਣਿਆਂ ਦਾ। ਬੰਦਾ ਤਾਂ ਤਗੜਾ ਤੂੰ ਹਨਾ, ਤੇ ਪਰ ਕੰਮ ਵੀ ਤਗੜਾ ਕਰ ਲੈਂਦਾ ਨਾ ਕੋਈ, ਮਾੜਾ ਕਾ ਵੱਢ ਕੇ ਹੋਰ ਸੜਕ ਟੁੱਟਦੀ ਵਧੀਆ, ਦੁਬਾਰੇ ਬਣਦੀ, ਠੇਕੇਦਾਰਾਂ ਨੂੰ ਪੈਸੇ ਬਣਦੇ, ਪੰਚਾਇਤ ਨੂੰ ਪੈਸੇ ਬਣਦੇ। ਹੁਣ ਯਾਰ ਬਾਈ ਗਾਲਾਂ ਕੱਢਦੇ ਲੋਕ ਜਿੱਥੇ ਸੜਕ ਟੁੱਟੀ ਹੁੰਦੀ, ਆਪਾਂ ਜਾਂਦੇ ਹਾਂ ਹੁਣ ਕੀ ਨੁਕਸਾਨ ਹੁੰਦੇ? ਕੰਪਿਊਟਰ ਕਿਰਾਇਆ ਲਾਇਆ ਹਨਾ ਤੂੰ? ਇਹ ਕੰਪਿਊਟਰ ਕਰਾਣੀ, ਇਹ ਡਰਾਈਵਰੀ ਮੇਰੀ ਹੈ, ਇਹ ਦੂਜੇ ਕਿਰਾਏ ਨਾਲ ਹੀ ਪੱਧਰ ਕੀਤਾ ਆਪਾਂ ਇਹ। ਵੀਡੀਓ ਬਣਾਂਗਾ ਉਹਦਾਂ? ਹਾਂ ਬਣਾਂਗਾ ਵੀਡੀਓ, ਦੇਖ ਲੈ ਪੇਜ ਤੇ ਜਾ ਕੇ ਆਪਣੇ ਤੇ ਭੁੱਲਰ ਸਾਹਿਬ ਤੇ, ਭੁੱਲਰ ਸਾਹਿਬ ਤੇ ਪਾ। ਹਾਂ ਬਾਕੀ ਸਾਰੇ 2-3 ਪੇਜਾਂ ਵਾਲੇ ਵੀਰ ਹੋਰ ਆ ਬਾਈ, ਦੋਸਤੋ ਮੇਰੇ ਤਾਂ ਨਹੀਂ ਸਮਝ ਚ ਆਈ, ਇਕੱਲੇ ਇਹ ਬੰਦੇ ਨੇ ਕਿੰਨੇ ਬਈ ਕਿੱਲੇ ਉਹ ਲਾਇਆ ਤੁਸੀਂ ਮਿੱਟੀ? ਇਹ ਕਮ ਸੇ ਕਮ 4 ਕਿੱਲੇ ਮਿੱਟੀ ਲੱਗੀ ਹੈ ਦੋਵੇਂ ਪਾਸੇ ਆਪਣਾ ਵਾਹਣਾ, ਤੁਸੀਂ ਦੇਖ ਲਓ 4-4-8 ਕਿੱਲੇ ਮਿੱਟੀ ਲਾਈ ਹੈ, ਆਹ ਵਿਖਾ ਦਿੰਦੇ ਹਾਂ ਬਾਈ। ਇੱਧਰ ਦੂਜਿਆਂ ਦਾ ਵਾਹਣਾ ਉੱਥੇ ਛੱਡਤੀ ਅਸੀਂ ਮਿੱਟੀ। ਅੱਛਾ ਆ ਜਾ ਮਾੜਾ ਤੁਰਿਆ ਵਿਖਾ ਦਿੰਦੇ, ਆਹ ਵੇਖ ਲਾ ਬਈ ਯਾਰ, ਆਹ ਬਰਕੈਣਾ ਉਕਰੀਆਂ ਖੜੀਆਂ, ਆਹ ਵੇਖ ਤੇਰੇ, ਇਹ ਤਾਂ ਵੱਢ ਦਿੰਦਾ ਇਹਨਾਂ ਤੋਂ ਕੀ ਕਰਾਉਣਾ ਇਹ ਤੂੰ? ਨਹੀਂ ਨਹੀਂ ਯਾਰ, ਸ਼ਾਮ ਹੋਊਗੀ ਪੂਰਾ, ਕਿਸੇ ਨਾਲ ਅਸੀਂ ਸਹੀ ਗੱਲ, ਗੱਡੀ ਵੀ ਸ਼ਾਮ ਹੀ ਖੱਲੀ ਆ ਨਾ। ਆਹ ਵੀ ਆਪਣੇ ਲੱਗੇ ਆ, ਵੇਖ ਤੂੰ ਨਹੀਂ ਮੰਨਿਆ ਯਾਰ ਕਿ ਨਹੀਂ, ਇੱਥੇ ਬਾਈ ਜੀ ਤੂੜੀ ਤਾੜੀ ਵਾਲੇ ਲੇਬਰ ਵਾਲੇ ਹਰੇਕ ਬੰਦਾ ਇੱਥੇ ਲੰਘਦਾ ਟੱਪਦਾ ਬੈਠ ਕੇ ਜਾਂਦਾ ਸੀ, ਕਿਸੇ ਨੂੰ ਕੁਛ ਨਹੀਂ। ਹੁਣ ਤਾਂ ਤੂੜੀ ਵਾਲਾ ਟਰਾਲਾ ਵੀ ਬਾਈ 2 ਖੜ ਜਾ ਕਰਨਗੇ ਇੱਥੇ, ਜਮਾਂ ਜਮਾਂ ਨਿਆਰੇ ਨਾਲ ਬਾਈ। ਇੱਥੇ ਯਾਰ ਬਹੁਤ ਲੰਘਾ, ਇੱਥੇ ਹੁਣ ਗੱਠਾਂ ਦਾ ਵੀ ਰੈਕ ਲੱਗਦਾ ਹੁੰਦਾ ਵੱਡਾ, ਕਿਤੇ ਕੋਈ ਐਂ ਤਾਂ ਨਹੀਂ ਬਈ ਸਰਕਾਰ ਨੇ ਦਬਾਅ ਪਾਇਆ ਹੋਵੇ ਮਿੱਟੀ ਲਾਉਣ ਤੇ? ਨਾ ਨਾ, ਸਰਕਾਰ ਮੇਰੇ ਇਕੱਲੇ ਤੇ ਥੋੜੀ ਪਊ, ਸਾਰਿਆਂ ਦੇ ਪਊ। ਮੈਂ ਤਾਂ ਦਬਾਅ ਪਾਵੇ ਸਰਕਾਰ, ਮੰਨ ਲਾ ਲੋਕਾਂ ਤੇ। ਆਹ ਤੇਰਾ ਪਾਸਾ ਇੱਧਰਲਾ ਹੈ, ਇੱਧਰਲਾ ਪਾਸਾ ਮੇਰਾ, ਤੁਸੀਂ ਦੇਖ ਲਓ, ਤੁਹਾਨੂੰ ਆਪ ਹੀ ਪਤਾ ਲੱਗ ਜੂ ਜਿੱਥੇ ਤੱਕਰ ਆਪਣਾ ਵਾਹਣਾ ਬਈ, ਦੂਜਾ ਕੋਈ ਐਂ ਚ ਨਹੀਂ ਮਿੱਟੀ ਢਾਲਣ ਦਿੰਦਾ, ਗਵਾਂਢੀ ਉਹਦੀ ਲੜਦਾ। ਆਹ ਬਈ ਝੋਨਾ ਦੱਬਤਾ ਇਹਨੇ, ਫੂਕਰੇ ਨੇ, ਆਹ ਵੇਖ ਲਓ ਯਾਰ ਵੱਟਾਂ ਵੱਢ ਕੇ। ਨਾ ਇਹ ਤੂੰ ਦਿਮਾਗ 'ਚ ਕਿਵੇਂ ਆਈ ਤੇਰੇ, ਗੱਲ ਕਿੱਥੋਂ ਫੁਰੀ ਬਈ ਐਂ ਬਈ ਮੈਂ ਇਹ ਕੰਮ ਕਰਾਂ? ਵੇਖੇ ਤੁਹਾਡੇ ਡੈਡੀ ਨੇ ਆਖਿਆ ਸੀਗਾ ਸਾਨੂੰ, ਮੇਰੇ ਡੈਡੀ ਅਮਰਜੀਤ ਸਿੰਘ ਨੇ, ਤੇ ਉਹ ਕਹਿੰਦੇ ਬਾਈ ਜੀ ਵੈਣਾਂ ਡਿੱਗ ਪੈਂਦੀਆਂ, ਕਹਿੰਦਾ ਕਈ ਵਾਰੀ ਤੇ ਸਾਰੇ ਪਰਿਵਾਰ ਨੂੰ ਕਹਿ ਕੇ ਸਹਿਮਤੀ ਕਰਕੇ ਬਾਈ ਜੀ ਇਹ ਕੰਮ ਕੀਤਾ। ਸਾਨੇ ਸਾਡੇ ਸੀਰੀ 7-8 ਜਾਣੇ ਅਸੀਂ ਲੱਗੇ ਰਹੇ ਹਾਂ, 3-4 ਦਿਨ ਲੱਗੇ ਰਹੇ ਹਾਂ, ਉੱਚੀਆਂ ਨੀਵੀਆਂ ਸੀਗੀਆਂ, ਜਗ੍ਹਾ ਪੱਧਰ ਕੀਤੀਆਂ, ਖੱਬਲ ਖੁਬਲ ਪਾਉਣੇ, ਟਿੱਬਾ ਵੀ ਆਣੀ, ਮਿੱਟੀ ਕਿੱਥੋਂ ਲਿਆਈ? ਮਿੱਟੀ ਅਸੀਂ ਚੋਟੀਆਂ ਤੋਂ ਲਿਆਂਦੀ ਹੈ ਬਾਈ ਜੀ, 4 ਕਿਲੋਮੀਟਰ ਤੋਂ ਜਾ ਕੇ। ਅੱਛਾ, 2 ਟਰੈਕਟਰ ਢੋਂਦੇ ਸੀਗੇ, 2 ਟਰੈਕਟਰ ਪੱਧਰ ਕਰਦੇ ਸੀ ਇੱਥੇ, ਬਾਕੀ ਕਈਆਂ ਕੁਈਆਂ ਨਾਲ ਜਿੱਥੇ ਨਹੀਂ ਮਾਲਾ। ਹੁਣ ਕਿਸੇ ਦਾ ਹੋਰ ਨਹੀਂ ਮਨ ਬਦਲਿਆ ਯਾਰ, ਆਪਾਂ ਵੀ ਮਿੱਟੀ ਲਾਉਂਦੇ ਆ ਬਾਈ, ਬਹੁਤ ਆਉਂਦੇ ਜਿਹੜੇ ਲੰਘਦੇ ਟੱਪਦੇ ਵੀ, ਅਸੀਂ ਵੀ ਕਰਾਂਗੇ ਯਾਰ, ਤਾਂ ਹੀ ਤਾਂ ਆਖੀ ਇੰਨਾ ਦਿਨ ਇੱਕ ਬੰਦਾ ਦਾ ਸਾਨੂੰ ਵੰਝ ਖੜਾ ਕਰਤਾ ਕਿ ਸਾਨੂੰ ਵੀ ਲਾਉਣੀ ਪਊਗੇ ਹੁਣ।
ਦਾਰੂ ਦੂਰੂ ਵੰਡ ਤੇ ਹੋਰ ਪੁੱਠੇ ਕੰਮ ਕਰ, ਆ ਸਿੱਧੇ ਕੰਮ ਕਰਕੇ ਤੈਨੂੰ ਵੋਟ ਨੀ ਪਾਉਣੀ ਕਿਸੇ ਬਾਈ। ਸਿੱਧੇ ਕੰਮ ਕਰਕੇ ਆਪਾਂ ਤਾਂ ਮੰਗਾਂਗੇ, ਭਾਵਾਂ ਦੀ ਕਦੇ ਨਾ ਜਿੱਤੀਏ ਭਾਵਾਂ ਦੀ ਹਾਰ ਜੀ, ਕੋਈ ਚੱਕਰ ਨਹੀਂ, ਆਪਾਂ ਨੂੰ ਸਹੀ ਕੰਮ ਕਰਕੇ ਵੋਟ ਲਾਵਾਂਗੇ। ਇਹ ਤੋਂ ਪਹਿਲਾਂ ਸਰਪੰਚੀ ਹੈਗੀ, ਸਰਪੰਚੀ ਦੀ ਆਪਾਂ ਨੂੰ ਕੋਈ ਭੁੱਖ ਨਹੀਂ, ਆਪਾਂ ਇਕੱਲੀ ਸੇਵਾ। ਪਹਿਲਾਂ ਸਰਪੰਚ ਲਿਖਿਆ ਤੁਹਾਡਾ? ਹਾਂਜੀ ਹਾਂਜੀ ਹਾਂਜੀ, ਸਰਪੰਚ ਲਿਖਿਆ ਸੀਗਾ ਜੀਪ ਤੇ ਵੀ, ਆਪਣੇ ਉਹ ਵੀ ਸੰਦੇ ਨੇ ਸਾਰਿਆਂ ਦਾ ਲਿਖਿਆ ਹੋਇਆ ਏ ਟੂ ਜ਼ੈਡ, ਸਾਰਿਆਂ ਦਾ ਸਰਪੰਚ। ਲੋਕ ਉਹੀ ਲੈ ਬਈ ਦੋਸਤੋ, ਤੁਸੀਂ ਦੱਸੋ ਇਹਦਾ ਬਈ ਕੀ ਕੰਮ ਕਾਜ ਆ, ਕਿਵੇਂ ਠੀਕ ਲੱਗਿਆ ਕਿਵੇਂ, ਕਮੈਂਟ ਜ਼ਰੂਰ ਕਰ ਦਿਓ ਜੀ। ਚੰਗਾ ਲੱਗਿਆ ਸ਼ੇਅਰ ਕਰ ਦਿਓ, ਮਾੜਾ ਲੱਗਿਆ ਤਾਂ ਵੀ ਸ਼ੇਅਰ ਕਰ ਦਿਓ ਜੀ, ਠੀਕ ਹੈ। ਪਿੰਡ ਬਈ ਸਾਹਿਬ ਚੰਦ ਹੈ ਨਾ? ਹਾਂਜੀ ਹਾਂਜੀ, ਸਾਹਿਬ ਚੰਦ ਪਿੰਡ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਜੀ, ਭਲਾਈਆਣਾ ਤੋਂ ਗਿੱਦੜਬਾਹਾ ਰੋਡ 'ਤੇ ਆਪਣਾ ਪਿੰਡ ਆ, ਕਦੋਂ ਵੀ ਆ ਕੇ ਚੈੱਕ ਕਰ ਸਕਦੇ ਹੋ। ਕਣਕਾਂ ਆ ਬੀਜਣ ਵੇਲੇ ਅਸੀਂ ਹੋਰ ਲਾਵਾਂਗੇ ਫੁੱਟ ਫੁੱਟ, ਜੇ ਘੱਟ ਕੀਤਾ ਹੋਰ ਵਧਾਵਾਂਗੇ। ਹਾਂ ਹੋਰ ਵਧਾਵਾਂਗੇ, ਬੂਟੇ ਵੀ ਲਾਵਾਂਗੇ, ਪਟਵਾਰੀ ਤੋਂ ਮਿਣ ਕੇ ਆਵਾਂਗੇ ਥਾਂ ਪੁੱਛ ਕੇ ਵੀ ਕਿੰਨਾ ਥਾਂ ਇੱਥੇ, ਸਾਰਾ ਮਿਣ ਕੇ ਟੂ ਜ਼ੈਡ ਛੱਡਾਂਗੇ ਬਾਈ ਜੀ, ਜਮਾਂ ਵੱਧ ਛੱਡਾਂਗੇ ਪੂਰਾ ਅੱਧਾ। ਭਰਾਵਾ ਜਿੰਨੇ ਵੀਡੀਓ ਵੇਖੀ ਹੁੰਦੇ ਸਾਰਿਆਂ ਨੇ ਰਾਹ ਵੱਢਿਆ? ਨਹੀਂ ਨਹੀਂ ਲਾਉਣਗੇ ਯਾਰ ਲੋਕ, ਮੈਨੂੰ ਪਤਾ ਬਹੁਤ ਚੰਗੇ ਕਮੈਂਟ ਆਈ ਸੀ ਪਹਿਲਾਂ ਬਾਈ ਨੇ ਆਪਣੇ ਵੀਡੀਓ ਪਾਈ ਸੀ ਵੀ ਅਸੀਂ ਵੀ ਲਾਉਣੇ, ਬਹੁਤ ਸੋਹਣਾ ਕੰਮ ਕੀਤਾ। ਪਰ ਜ਼ਿਆਦਾਤਰ ਤਾਂ ਕਿਸਾਨ ਵੱਢਦੇ ਵੀ ਹੈਗੇ ਆ ਬਾਈ, ਜਾਣ ਕੇ ਹੀ ਵੱਢਦੇ ਕਈ ਬੰਦੇ ਵੱਢਣ ਬਾਈ, ਆਦਤ ਹੈ ਜੱਟਾਂ ਦਾ ਕੰਮ ਰਾਹ ਵੱਢਣੇ। ਬਾਕੀ ਯਾਰ ਮੇਰਾ ਦਾਦਾ ਸਰਪੰਚ ਬਣਿਆ ਸੀਗਾ ਜਦੋਂ ਪਿੰਡ ਦੇ ਵਿੱਚ, ਹਜੇ ਵੀ ਜਾ ਕੇ ਵੇਖ ਲਾ ਜਿੰਨੇ ਪੱਥਰ ਲੱਗੇ ਆ, ਅੱਧ ਤੋਂ ਜ਼ਿਆਦਾ ਪੱਥਰ ਮੇਰੇ ਦਾਦੇ ਦੇ ਨਾਂ 'ਤੇ ਹਜੇ ਵੀ ਪਿੰਡ 'ਚ। ਚੈੱਕ ਕਰ ਲਾ ਕੰਮ ਵਾਹਵਾ ਕਰਾਇਆ ਤੁਸੀਂ, ਪੂਰਾ ਕੰਮ ਕਰਾਇਆ ਬਾਈ 2003 ਦੇ ਵਿੱਚ। ਜਿਹੜੇ ਜਾਣਦੇ ਆ ਉਹ ਥੱਲੇ ਕਮੈਂਟ ਜ਼ਰੂਰ ਕਰਨਗੇ ਸਰਦਾਰ ਗੁਰਚਰਨ ਸਿੰਘ ਜੀ, ਸਾਬਕਾ ਸਰਪੰਚ ਸਾਹਿਬ। ਲੈ ਬਾਈ ਦੋਸਤੋ ਦੱਸੋ ਬਾਈ ਕਮੈਂਟ ਕਰਕੇ।